ਕੀ ਤੁਸੀਂ ਜਾਣਦੇ ਹੋ ਕਿ ਹਿੰਦੁਸਤਾਨ ਦਾ ਪਹਿਲਾ ਸਰਕਾਰੀ ਡਾਕ ਵਿਭਾਗ ਸੰਨ 1850 ਵਿੱਚ ਬਰਤਾਨਵੀ ਸਰਕਾਰ ਵੱਲੋਂ ਕਮਿਸ਼ਨ ਕੀਤਾ ਗਿਆ ਸੀ? ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਸ ਸਮੇਂ ਦੇ ਸੁਤੰਤਰਤਾ ਸੰਗਰਾਮੀਆਂ ਨੇ ਇਸ ਦਾ ਪੂਰਨ ਬਾਈਕਾਟ ਕਰਕੇ ਆਪਣਾ ਨਿੱਜੀ ਡਾਕ ਵਿਭਾਗ ਸ਼ੁਰੂ ਕੀਤਾ ਸੀ? ਆਓ ਝਾਤ ਮਾਰੀਏ ਇਤਿਹਾਸ ਦੇ ਕੁਝ ਅਣਫਰੋਲੇ ਪੱਤਰਿਆਂ ਨੂੰ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸੰਨ 1857 ਵਿੱਚ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਸਰਕਾਰੀ ਡਾਕ ਦਾ ਪੂਰਨ ਬਾਈਕਾਟ ਕਰਦਿਆਂ ਆਪਣਾ ਵੱਖਰਾ ਡਾਕ ਪ੍ਰਬੰਧ ਬਣਾਇਆ, ਜਿਸ ਦੀ ਡਾਕ ਬਿਨਾਂ ਕਿਸੇ ਖਰਚੇ ਤੋਂ ਬਹੁਤ ਹੀ ਖੁਫੀਆ ਢੰਗ ਨਾਲ ਸਰਕਾਰੀ ਡਾਕ ਨਾਲੋਂ ਵੀ ਪਹਿਲਾਂ ਪਹੁੰਚ ਜਾਂਦੀ ਸੀ। ਇਹ ਡਾਕ ਪ੍ਰਬੰਧ ਇੰਨਾ ਕੁ ਦਰੁਸਤ ਸੀ ਕਿ ਜਿਸ ਵੇਲੇ ਵੀ ਕਿਸੇ ਸਿੱਖ ਕੋਲ ਕੋਈ ਚਿੱਠੀ ਜਾਂ ਸੁਨੇਹਾ ਪਹੁੰਚਦਾ ਸੀ, ਉਹ ਉਸੇ ਵੇਲੇ ਹੀ ਸਾਰੇ ਕੰਮ ਰੋਕ ਕੇ ਚਿੱਠੀ ਅਗਲੇ ਪਿੰਡ ਪਹੁੰਚਾ ਕੇ ਆਉਂਦਾ ਸੀ। ਸਰਕਾਰੀ ਦਸਤਾਵੇਜ਼ਾਂ ਵਿੱਚ ਕੁਝ ਅੰਗਰੇਜ਼ ਅਫਸਰ ਇਸ ਦੀ ਤਾਰੀਫ ਕਰਦੇ ਵੀ ਨਜ਼ਰ ਆਉਂਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਰਤਾਨੀਆ ਹਕੂਮਤ ਦੀ ਨੱਕ ਥੱਲੇ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਅਤੇ ਇੱਕ ਪੈਰਲਲ ਗੌਰਮੈਂਟ ਵਾਂਗ ਸਿਸਟਮ ਬਣਾਉਣਾ ਕੋਈ ਛੋਟੀ ਗੱਲ ਨਹੀਂ ਸੀ। ਇਹ ਇੱਕ ਤਰ੍ਹਾਂ ਦੀ ਚੁਣੌਤੀ ਸੀ ਜਿਸ ਨੇ ਬਰਤਾਨੀਆ ਹਕੂਮਤ ਦੀ ਨੀਂਦ ਉਡਾ ਕੇ ਰੱਖ ਦਿੱਤੀ ਸੀ। ਇਸ ਪੂਰੇ ਡਾਕ ਪ੍ਰਬੰਧ ਦੀ ਅਗਵਾਈ ਕਰ ਰਹੇ ਸਨ ਕ੍ਰਾਂਤੀਕਾਰੀ ਸੂਰਬੀਰ ਯੋਧੇ ਸੂਬਾ ਸਾਹਿਬ ਸਿੰਘ ਜੀ। ਸੂਬਾ ਸਾਹਿਬ ਸਿੰਘ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦੇ ਮੁੱਖ 5 ਸੂਬਿਆਂ ਵਿੱਚੋਂ ਇੱਕ ਸਨ। ਆਪ ਅਜਿਹੇ ਕ੍ਰਾਂਤੀਕਾਰੀ ਸੂਰਬੀਰ ਯੋਧੇ ਸਨ ਜਿਨ੍ਹਾਂ ਦਾ ਸਾਨੀ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦਾ। ਤੇਜ਼ ਦਿਮਾਗ, ਕੂਟਨੀਤਿਕ ਸੋਚ ਅਤੇ ਵਿਵਾਕ ਸੁਭਾਅ ਦੇ ਧਾਰਨੀ ਸੂਬਾ ਸਾਹਿਬ ਸਿੰਘ ਜੀ ਦਾ ਜਨਮ ਸੰਨ 1834 ਵਿੱਚ ਪਿੰਡ ਬੰਗਾਲੀਪੁਰ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਇਆ। 26 ਸਾਲ ਦੀ ਉਮਰ ਵਿੱਚ ਸ੍ਰੀ ਭੈਣੀ ਸਾਹਿਬ ਵਿਖੇ ਸਤਿਗੁਰੂ ਰਾਮ ਸਿੰਘ ਜੀ ਦੀ ਸ਼ਰਨ ਵਿੱਚ ਆ ਗਏ ਅਤੇ 1865 ਵਿੱਚ ਸੂਬਾ ਥਾਪ ਦਿੱਤੇ ਗਏ। ਸਤਿਗੁਰੂ ਜੀ ਨੇ ਬਰਤਾਨਵੀ ਹਕੂਮਤ ਖਿਲਾਫ਼ ਜਿੰਨੇ ਵੀ ਫੈਸਲੇ ਲਏ ਉਹਨਾਂ ਵਿੱਚ ਸੂਬਾ ਜੀ ਦੀ ਅਹਿਮ ਭੂਮਿਕਾ ਰਹੀ। ਸੰਨ 1870 ਵਿੱਚ ਆਪ ਜੀ ਨੂੰ ਸਤਿਗੁਰੂ ਜੀ ਨੇ ਅੰਗਰੇਜ਼ ਸਰਕਾਰ ਖਿਲਾਫ਼ ਨੇਪਾਲ ਦੇ ਰਾਜਾ ਜੰਗ ਬਹਾਦਰ ਨਾਲ ਸੰਪਰਕ ਸਾਧਨ ਲਈ ਨੇਪਾਲ ਭੇਜਿਆ। ਦੱਸਿਆ ਜਾਂਦਾ ਹੈ ਕਿ ਉਸ ਵੇਲੇ ਕੂਕਿਆਂ ਦੀ ਗਿਣਤੀ 3 ਲੱਖ ਤੋਂ ਵੱਧ ਸੀ, ਜੋ ਕਿ ਸਰਕਾਰ ਨਾਲ ਭਿੜਨ ਨੂੰ ਤਿਆਰ ਬਰ ਤਿਆਰ ਖੜ੍ਹੀ ਸੀ। ਇਹੀ ਕਾਰਨ ਸੀ ਕਿ ਸੂਬਾ ਜੀ ਨੂੰ ਅੰਗਰੇਜ਼ੀ ਦਸਤਾਵੇਜ਼ਾਂ ਵਿੱਚ ਸਰਕਾਰ ਨੇ ਆਪਣੇ ਲਈ ਸਭ ਤੋਂ ਘਾਤਕ ਸ਼ਖਸ ਲਿਖਿਆ ਹੈ। ਆਪਣੀ ਨੇਪਾਲ ਯਾਤਰਾ ਸਮੇਂ ਸੂਬਾ ਜੀ ਸਰਕਾਰ ਦੀਆਂ ਨਜ਼ਰਾਂ ਵਿੱਚ ਰੜਕਣ ਲੱਗੇ ਅਤੇ ਆਪ ਜੀ ਨੂੰ ਗ੍ਰਿਫਤਾਰ ਕਰਨ ਲਈ ਸਰਕਾਰ ਮੌਕੇ ਦੀ ਤਲਾਸ਼ ਕਰਨ ਲੱਗੀ। ਸੰਨ 1872 ਵਿੱਚ ਜਦੋਂ ਸਾਕਾ ਮਲੇਰਕੋਟਲਾ ਵਾਪਰਿਆ, ਉਸੇ ਰਾਤ ਸਤਿਗੁਰੂ ਰਾਮ ਸਿੰਘ ਜੀ ਸਮੇਤ ਆਪ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਲਾਹਾਬਾਦ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਅੰਗਰੇਜ਼ ਹਕੂਮਤ ਆਪ ਜੀ ਤੋਂ ਇਸ ਕਦਰ ਡਰ ਗਈ ਸੀ ਕਿ ਕੁਝ ਮਹੀਨਿਆਂ ਬਾਅਦ ਹੀ ਆਪ ਜੀ ਨੂੰ ਸੂਬਾ ਕਾਨ ਸਿੰਘ ਜੀ ਸਮੇਤ ਭਾਰਤ ਤੋਂ ਬਾਹਰ ਤਕਰੀਬਨ 2500 ਮੀਲ ਦੂਰ ਯਮਨ ਦੇ ਸ਼ਹਿਰ ਅਦਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਸਰਕਾਰ ਇਹ ਗੱਲ ਮੰਨਦੀ ਸੀ ਕਿ ਜੇਕਰ ਸੂਬਾ ਸਾਹਿਬ ਸਿੰਘ ਭਾਰਤ ਵਿੱਚ ਰਹੇ ਤਾਂ ਉਹ ਉਹਨਾਂ ਵਾਸਤੇ ਕਾਫ਼ੀ ਖਤਰਨਾਕ ਸਾਬਿਤ ਹੋ ਸਕਦੇ ਹਨ। ਅਦਨ ਜੇਲ੍ਹ ਵਿੱਚ ਸੂਬਾ ਜੀ ਦੀ ਸਿਹਤ ਕਾਫ਼ੀ ਖਰਾਬ ਰਹਿਣ ਲੱਗੀ। ਇਸ ਦੇ ਮੱਦੇਨਜ਼ਰ ਜੇਲ੍ਹ ਅਧਿਕਾਰੀ ਵੱਲੋਂ ਆਪ ਜੀ ਨੂੰ ਕਿਤੇ ਹੋਰ ਲਿਜਾਣ ਦੀ ਮੰਗ ਕੀਤੀ ਗਈ ਅਤੇ 1875 ਵਿੱਚ ਆਪ ਜੀ ਨੂੰ ਅਤੇ ਸਾਥੀ ਸੂਬਾ ਕਾਨ ਸਿੰਘ ਜੀ ਨੂੰ ਸਖ਼ਤ ਨਿਗਰਾਨੀ ਹੇਠ ਝਾਰਖੰਡ ਪ੍ਰਾਂਤ ਦੀ ਹਜ਼ਾਰੀਬਾਗ ਜੇਲ੍ਹ ਵਿੱਚ ਲਿਜਾਣ ਦਾ ਫੈਸਲਾ ਕੀਤਾ ਗਿਆ। ਹਜ਼ਾਰੀਬਾਗ ਜੇਲ੍ਹ ਆਉਣ ਮਗਰੋਂ ਆਪ ਜੀ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ, ਸਗੋਂ ਦਿਨੋ ਦਿਨ ਹੋਰ ਵੀ ਬੱਤਰ ਹੁੰਦੀ ਗਈ। ਆਪ ਜੀ ਨੇ ਆਪਣੇ ਸਾਥੀ ਕੈਦੀਆਂ ਕੋਲ ਜਾਣ ਦੀ ਦਰਖਾਸਤ ਵੀ ਕੀਤੀ ਪਰ ਸਭ ਦਰਖਾਸਤਾਂ ਖਾਰਜ ਕਰ ਦਿੱਤੀਆਂ ਗਈਆਂ। ਅੰਤ ਭਾਰਤ ਦਾ ਇਹ ਵੀਰ ਸਪੂਤ ਮਿਤੀ 10 ਜੂਨ 1879 ਨੂੰ ਜੇਲ੍ਹ ਵਿੱਚ ਹੀ ਦਮ ਤੋੜ ਗਿਆ।